ਅਸੀਂ ਮੰਗ ਕਰਦੇ ਹਾਂ ਇਲੈਕਸ਼ਨ ਜਿਹੜੀ ਨੂੰ ਕੈਂਸਲ ਕਰਕੇ ਅੱਗੇ ਪੋਸਟਪੋਨ ਕੀਤਾ ਜਾਵੇ। ਕੋਈ ਕੰਮ ਨਹੀਂ ਕੀਤਾ 2 ਸਾਲਾਂ ਵਿੱਚ ਕਾਂਗਰਸ ਨੇ, ਇਸ ਕਰਕੇ ਲੋਕਾਂ ਨੂੰ ਡਰਾ ਧਮਕਾ ਕੇ ਇਲੈਕਸ਼ਨ ਜਿੱਤਣਾ ਚਾਹੁੰਦੀ ਆ। ਮਨਿਸਟਰ ਜਿਹੜੇ ਹੈਗੇ ਨੇ DC ਆਫਿਸਾਂ 'ਚ ਬੈਠੇ ਫਾਰਮ ਭਰਾ ਰਹੇ ਨੇ, ਫਾਰਮ ਭਰ ਰਹੇ ਨੇ ਜਿਹਦਾ ਰਿਜੈਕਟ ਕਰਾ ਰਹੇ ਨੇ। ਬਠਿੰਡਾ 'ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਾ ਮਰਡਰ ਕਾਫੀ ਬੇਰਹਿਮੀ ਨਾਲ ਕੀਤਾ ਗਿਆ ਅਤੇ ਇਸੀ ਨੂੰ ਲੈ ਕੇ ਅੱਜ ਆਮ ਆਦਮੀ ਪਾਰਟੀ ਦਾ ਇੱਕ ਵਫਦ ਚੋਣ ਕਮਿਸ਼ਨ ਨੂੰ ਮਿਲਿਆ ਅਤੇ ਸਾਡੇ ਨਾਲ ਇਸ ਸਮੇਂ ਮੌਜੂਦ ਨੇ ਹਰਪਾਲ ਚੀਮਾ, ਜਿਹੜੇ ਵਿਰੋਧੀ ਧਿਰ ਦੇ ਨੇਤਾ ਨਾਲ ਗੱਲ ਕਰਦੇ ਹਾਂ। ਚੀਮਾ ਸਾਹਿਬ, ਪੰਚਾਇਤੀ ਚੋਣਾਂ ਦੇ ਵਿੱਚ ਜਿਵੇਂ ਤੁਹਾਡੇ ਇੱਕ ਉਮੀਦਵਾਰ ਦਾ ਹੁਣ ਕਤਲ ਕੀਤਾ ਗਿਆ, ਲਗਾਤਾਰ ਤੁਹਾਡੇ ਵੱਲੋਂ ਸ਼ਿਕਾਇਤਾਂ ਦਿੱਤੀਆਂ ਜਾ ਰਹੀਆਂ, ਭਾਵੇਂ ਤੁਸੀਂ ਆਮ ਆਦਮੀ ਪਾਰਟੀ ਹੋ ਭਾਵੇਂ ਅਕਾਲੀ ਦਲ ਹੋਏ, ਲਗਾਤਾਰ ਇਹ ਡਿਮਾਂਡ ਕਰ ਰਹੀ ਹੈ ਕਿ ਇੱਥੇ ਪੈਰਾਮਿਲਟਰੀ ਫੋਰਸਿਸ ਲਗਾਈ ਜਾਣ ਅਤੇ ਫਰੀ ਐਂਡ ਫੇਅਰ ਜਿਹੜਾ ਇਲੈਕਸ਼ਨ ਕਰਵਾਇਆ ਜਾਵੇ, ਲੇਕਿਨ ਤੁਹਾਨੂੰ ਉਮੀਦ ਲੱਗ ਰਹੀ ਹੈ ਕਿ ਇਸ ਤਰ੍ਹਾਂ ਤਾਂ ਹੋਏਗਾ? ਦੇਖੋ, ਪੰਜਾਬ ਵਿੱਚ ਬਠਿੰਡਾ ਵਿੱਚ ਕੱਲ੍ਹ ਮਰਡਰ ਹੋਇਆ ਗਾ, ਬੜਾ ਬਰੂਟਲ ਮਰਡਰ ਹੋਇਆ। ਉਹ ਜਿਹੜਾ ਮਰਡਰ ਆ ਸਿਆਸੀ ਮਰਡਰ ਆ, ਕੱਲ੍ਹ ਵੀ ਅਸੀਂ ਮੰਗ ਕੀਤੀ ਸੀ, ਅੱਜ ਵੀ ਮੰਗ ਕਰਨ ਆਏ ਵੀ ਇਸ ਟਾਈਮ ਪੰਜਾਬ ਵਿੱਚ ਸੈਂਟਰ ਫੋਰਸਿਸ ਲਗਾਈਆਂ ਜਾਣ, ਕਿਉਂਕਿ ਮਾਹੌਲ ਜਿਹੜਾ ਹੈਗਾ ਪੰਜਾਬ ਦਾ 1991 ਵਾਲਾ ਬਣਿਆ ਹੋਇਆ। ਜਿਵੇਂ 1991 'ਚ ਇਲੈਕਸ਼ਨ ਕੈਂਸਲ ਹੋਈ ਸੀਗੀ, ਅਸੀਂ ਮੰਗ ਕਰਦੇ ਹਾਂ ਇਲੈਕਸ਼ਨ ਜਿਹੜੀ ਨੂੰ ਕੈਂਸਲ ਕਰਕੇ ਅੱਗੇ ਪੋਸਟਪੋਨ ਕੀਤਾ ਜਾਵੇ, ਪੋਸਟਪੋਨ ਕਰਕੇ ਜਿਹੜੀਆਂ ਪੰਜਾਬ 'ਚ ਮਿਲਟਰੀ ਫੋਰਸਿਸ ਲਾ ਕੇ, ਜਿਹੜਾ ਪੈਰਾਮਿਲਟਰੀ ਫੋਰਸਿਸ ਲਾ ਕੇ ਪੰਜਾਬ ਦੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ, ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਜਿਹੜੀ ਹੈ ਉਹ ਸਹੀ ਕਰਕੇ ਉਸ ਤੋਂ ਬਾਅਦ ਇਲੈਕਸ਼ਨ ਕਰਵਾਈ ਜਾਣ। ਅਤੇ ਜਿਸ ਤਰੀਕੇ ਦਾ ਮਾਹੌਲ ਬਣਿਆ ਹੋਇਆ, ਤੁਹਾਨੂੰ ਲੱਗ ਰਿਹਾ ਹੈ ਕਿ ਕਾਫੀ ਸਰਕਾਰ ਵੱਲੋਂ ਤਾਂ ਕਿਹਾ ਜਾ ਰਿਹਾ ਜਾਂ ਹੁਣ ਕਮਿਸ਼ਨ ਵੱਲੋਂ ਕਿਹਾ ਜਾ ਰਿਹਾ ਪੂਰੇ ਫਰੀ ਐਂਡ ਫੇਅਰ ਇਲੈਕਸ਼ਨ ਹੋਏਗਾ, ਲੇਕਿਨ ਤੁਹਾਨੂੰ ਲੱਗ ਰਿਹਾ ਕਿ ਬਿਲਕੁਲ ਫਰੀ ਐਂਡ ਫੇਅਰ ਇਲੈਕਸ਼ਨ ਨਹੀਂ ਹੋਣਾ ਪੰਜਾਬ ਵਿੱਚ? ਲਗਾਤਾਰ ਲੋਕਾਂ ਨੂੰ ਹਾਈਜੈਕ ਕੀਤਾ ਜਾ ਰਿਹਾ, ਲੋਕਾਂ ਨੂੰ ਡਰਾਇਆ ਜਾ ਰਿਹਾ, ਧਮਕਾਇਆ ਜਾ ਰਿਹਾ, ਕਿਸੇ ਨੂੰ ਕੁਛ ਡਰਾਇਆ ਜਾ ਰਿਹਾ, ਔਰ ਪੰਜਾਬ ਪੁਲਿਸ ਦੇ ਅਧਿਕਾਰੀ ਇੱਥੋਂ ਤੱਕ ਕਹਿੰਦੇ ਨਜ਼ਰ ਆ ਰਹੇ ਨੇ SHO ਵੀ ਤੁਹਾਡੇ 'ਤੇ ਕੇਸ ਪਾ ਦਿੱਤਾ ਜਾਊਗਾ, ਤੁਸੀਂ ਇਹਦੀ ਮਦਦ ਨਾ ਕਰੋ, ਤੁਸੀਂ ਉਹਦੀ ਮਦਦ ਨਾ ਕਰੋ। ਸੋ ਪੰਜਾਬ ਵਿੱਚ ਪੂਰਾ ਦਹਿਸ਼ਤ ਦਾ ਮਾਹੌਲ ਆ, ਕਿਉਂਕਿ ਲੋਕ ਡਰ ਰਹੇ ਨੇ, ਜਿਸ ਤਰ੍ਹਾਂ ਮਰਡਰ ਹੋ ਰਹੇ ਨੇ ਲੋਕਾਂ ਦਾ ਡਰ ਦਾ ਮਾਹੌਲ ਆ, ਔਰ ਕਾਂਗਰਸ ਪਾਰਟੀ ਬਿਲਕੁਲ ਗਰਾਊਂਡ 'ਤੇ ਹੈ ਨਹੀਂ, ਕੋਈ ਕੰਮ ਨਹੀਂ ਕੀਤਾ 2 ਸਾਲਾਂ ਵਿੱਚ ਕਾਂਗਰਸ ਨੇ, ਇਸ ਕਰਕੇ ਲੋਕਾਂ ਨੂੰ ਡਰਾ ਧਮਕਾ ਕੇ ਇਲੈਕਸ਼ਨ ਜਿੱਤਣਾ ਚਾਹੁੰਦੀ ਆ। ਅਤੇ ਤੁਸੀਂ ਮੰਨਦੇ ਹੋ ਕਿ ਚੋਣ ਪ੍ਰਕਿਰਿਆ ਦੇ ਉੱਤੇ ਪੂਰਾ ਕਾਂਗਰਸ ਵੱਲੋਂ ਹਾਈਜੈਕ ਕੀਤਾ? ਕਾਂਗਰਸ ਪਾਰਟੀ ਨੇ ਪੂਰਾ ਚੋਣ ਪ੍ਰਕਿਰਿਆ ਨੂੰ ਕਬਜ਼ੇ 'ਚ ਕੀਤਾ ਹੋਇਆ, ਕੋਈ ਅਧਿਕਾਰੀ ਇੰਡੀਪੈਂਡੈਂਟ ਕੰਮ ਨਹੀਂ ਕਰ ਰਿਹਾ। ਲਗਾਤਾਰ ਜਿਹੜੇ ਜਾਏ ਕਾਂਗਰਸ ਦੇ ਪ੍ਰਧਾਨ ਨੇ, MLA ਨੇ, ਮਿਨਿਸਟਰ ਨੇ, ਈਵਨ ਕਿ ਬੜੀ ਹੈਰਾਨੀ ਦੀ ਗੱਲ ਆ, ਮਿਨਿਸਟਰ ਜਿਹੜੇ ਹੈਗੇ ਨੇ DC ਆਫਿਸਾਂ 'ਚ ਬੈਠੇ ਫਾਰਮ ਭਰਾ ਰਹੇ ਨੇ, ਫਾਰਮ ਭਰ ਰਹੇ ਨੇ ਜਿਹਦਾ ਰਿਜੈਕਟ ਕਰਾ ਰਹੇ ਨੇ, ਕਿਸੇ ਦਾ ਸਿਲੈਕਟ ਕਰਾ ਰਹੇ ਨੇ, ਲਗਾਤਾਰ ਪੰਜਾਬ ਵਿੱਚ ਜਾ ਰਹੀ ਹੈ, ਇੱਥੋਂ ਲੱਗਦੀ ਨਹੀਂ ਫਰੀ ਇਲੈਕਸ਼ਨ ਹੋਣੀ ਪੰਜਾਬ। ਤੁਸੀਂ ਕੀ ਮੰਗ ਕਰ ਰਹੇ ਹੋ? ਅਸੀਂ ਮੰਗ ਕਰਦੇ ਹਾਂ ਇਲੈਕਸ਼ਨ ਪੋਸਟਪੋਨ ਹੋਣੀ ਚਾਹੀਦੀ ਆ, ਪੰਜਾਬ ਵਿੱਚ ਪੈਰਾਮਿਲਟਰੀ ਫੋਰਸਿਸ ਲੱਗਣੀਆਂ ਚਾਹੀਦੀਆਂ ਨੇ, ਪੰਜਾਬ ਦੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਜਿਹੜੀ ਉਹਨੂੰ ਠੀਕ ਕਰਨਾ ਚਾਹੀਦਾ, ਉਸ ਤੋਂ ਬਾਅਦ ਇਲੈਕਸ਼ਨ ਹੋਣੀ ਚਾਹੀਦੀ। ਇੱਕ ਚੀਮਾ ਜੀ, ਜਿਹੜਾ SIT ਦਾ ਗਠਨ ਕੀਤਾ ਗਿਆ ਬੇਅਦਬੀ ਨੂੰ ਲੈ ਕੇ, ਕਿੰਨਾ ਤੁਸੀਂ ਜਾਇਜ਼ ਬੰਦੇ ਹੋ ਕਿ ਕਿਉਂਕਿ ਵਿਧਾਨ ਸਭਾ 'ਚ ਹਾਲਾਂਕਿ ਮੁੱਖ ਮੰਤਰੀ ਵੱਲੋਂ ਕਿਹਾ ਗਿਆ ਸੀਗਾ ਕਿ SIT ਬਣਾਈ ਜਾਏਗੀ, ਲੇਕਿਨ ਟਾਈਮ ਫਰੇਮ ਹੋਏਗਾ, ਲੇਕਿਨ ਨੋਟੀਫਿਕੇਸ਼ਨ ਜਿਹੜੀ ਜਾਰੀ ਹੋਈ ਉਹਦੇ ਕੋਈ ਟਾਈਮ ਫਰੇਮ ਨਹੀਂ ਦਿੱਤਾ? ਦੇਖੋ, ਕੈਪਟਨ ਸਾਹਿਬ ਨੇ ਜੋ ਵਾਅਦਾ ਪੰਜਾਬ ਦੇ ਪਵਿੱਤਰ ਸਦਨ 'ਚ ਕੀਤਾ ਸੀ ਅਸੈਂਬਲੀ ਦੇ ਵਿੱਚ, ਉਹ ਤੋਂ ਮੁੱਕਰ ਗਏ। ਕੋਈ ਜਿਹੜੀ ਟਾਈਮ ਬਾਉਂਡ ਇਨਕੁਆਇਰੀ ਦੀ ਗੱਲ ਕੀਤੀ ਸੀ, ਉਹਨਾਂ ਨੇ ਮੰਨਿਆ ਸੀ, ਸਦਨ ਦੇ ਵਿੱਚ ਐਲਾਨ ਕੀਤਾ ਸੀ ਵੀ ਟਾਈਮ ਬਾਉਂਡ ਇਨਕੁਆਇਰੀ ਹੋਊਗੀ, ਇਨਵੈਸਟੀਗੇਸ਼ਨ ਹੋਊਗੀ, ਪਰ ਲੇਕਿਨ ਲੱਗਦਾ ਅੱਜ ਭੱਜ ਗਏ ਨੇ ਉਸ ਗੱਲ ਤੋਂ, ਮੁੱਕਰ ਗਏ ਨੇ CM ਸਾਹਿਬ। ਅਤੇ ਕਿੰਨੀ ਭਰੋਸਾ ਹੈ ਕਿ ਜਿਹੜੇ SIT ਹੈ ਸਹੀ ਜਾਂਚ ਕਰੇ? ਲੱਗਦਾ ਨਹੀਂ, ਜਿਸ ਤਰ੍ਹਾਂ ਉਹਨਾਂ ਨੇ ਹਜੇ ਤੱਕ ਕੋਈ DDR ਨਹੀਂ ਕੀਤੀ, ਹਾਲੇ ਤੱਕ ਕੋਈ FIR ਨਹੀਂ ਕੀਤੀ, ਕੋਈ ਵਾਈ ਨੇਮ ਬੰਦੇ ਨਾਮਜ਼ਦ ਨਹੀਂ ਕੀਤੇ, ਲੱਗਦਾ ਵੀ ਜਿਹੜੀ ਹੈਗੀ ਆ ਕੈਪਟਨ ਸਾਹਿਬ ਬਾਦਲ ਸਾਹਿਬ ਨੂੰ ਬਚਾ ਰਹੇ ਨੇ, ਔਰ ਇਹਦੇ ਲਈ ਆਮ ਆਦਮੀ ਪਾਰਟੀ ਸੜਕਾਂ 'ਤੇ ਸੰਘਰਸ਼ ਕਰੂਗੀ। ਧੰਨਵਾਦ। ਬਿਲਕੁਲ, ਇਹ ਸੀਗੇ ਹਰਪਾਲ ਚੀਮਾ, ਜਿਹੜੇ ਕਿ ਸਾਫ਼ ਦੱਸ ਰਹੇ ਨੇ ਕਿ ਜਿਹੜੇ ਚੋਣ ਕਮਿਸ਼ਨ ਵੱਲੋਂ ਇੱਕ ਵਾਰ ਫਿਰ ਇੱਕ ਸ਼ਿਕਾਇਤ ਦਿੱਤੀ ਗਈ ਹੈ, ਕਿਉਂਕਿ ਇਹਨਾਂ ਨੂੰ ਲੱਗਦਾ ਹੈ ਕਿ ਜਿਹੜੀ ਪੰਚਾਇਤੀ ਚੋਣਾਂ ਹੋਣ ਜਾ ਰਹੀ, ਜ਼ਿਲ੍ਹਾ ਸਮਿਤੀ ਦੀ ਚੋਣ ਹੋਣ ਜਾ ਰਹੀ ਹੈ, ਉਹਦੇ 'ਚ ਬਿਲਕੁਲ ਵੀ ਫਰੀ ਐਂਡ ਫੇਅਰ ਤਰੀਕੇ ਨਾਲ ਉਹ ਚੋਣਾਂ ਨਹੀਂ ਹੋਣਗੀ। ਇਸ ਲਈ ਇਹਨਾਂ ਵੱਲੋਂ ਮੰਗ ਕੀਤੀ ਗਈ ਹੈ ਕਿ ਚੋਣਾਂ ਨੂੰ ਜਿਹੜਾ ਪੋਸਟਪੋਨ ਕੀਤਾ ਜਾਏ ਅਤੇ ਸੂਬੇ ਦੇ ਵਿੱਚ ਜਿਹੜੀ ਹੈ ਪੈਰਾਮਿਲਟਰੀ ਫੋਰਸ ਦੀ ਤੈਨਾਤੀ ਕਰਵਾਉਣ ਤੋਂ ਬਾਅਦ ਹੀ ਜਿਹੜੇ ਚੋਣਾਂ ਨੂੰ ਮੁਕੰਮਲ ਕਰਵਾਇਆ ਜਾਏ। ਚੰਡੀਗੜ੍ਹ ਤੋਂ ਕੈਮਰਾਮੈਨ ਦੀਪਕ ਦੇ ਨਾਲ ਅੰਕੁਸ਼ ਮਹਾਜਨ, ਦੈਨਿਕ ਸਵੇਰਾ TV।